ਅਸਲਾਮ ਵਾਲੇਕੁਮ ਅੱਲਾ ਪਾਕ ਨੇ ਸ਼ੁਕਰ ਨਾਲ ਅੱਜ ਦਾ ਵਲੋਗ ਕਰਨੇ ਆ ਜੀ ਸ਼ੁਰੂ। ਗੁੜੀਆ ਆ ਗਈ ਹੈ ਚਾਰ। ਅਸਲਾਮ ਵਾਲੇਕੁਮ ਬੇਟਾ। ਗੁੜੀਆ ਖੁਦ ਹੀ ਬੀਚ ਮੇ ਆ ਗਈ ਹੈ ਜੀ। ਦੇਖੇ ਜੀ ਇੰਟਰੀ ਗੁੜੀਆ ਕੀ ਹੋ ਗਈ ਹੈ। ਅਭੀ ਹਮ ਆਪਕੀ ਮੁਲਾਕਾਤ ਕਰਾਤੇ ਹੈਂ ਛੋਟੇ ਡੌਨ ਸੇ। ਯੇ ਹੈ ਅਸਲਾਮ ਵਾਲੇਕੁਮ। ਡੌਨ ਨੇ ਭਾਈ ਜਾਨ ਤੁਸੀਂ ਡੌਨ ਨਾ ਪਹਿਣੇ ਨਾ ਸਟਾਈਲ ਤੁਸੀਂ ਚੈੱਕ ਕਰੋ ਜੀ। ਇਹ ਛੋਟੀ ਗੁੜੀਆ ਜੀ ਨਾਲ ਸਾਨੇ ਜ਼ਾਰੀ ਪਈ ਪੜੋਸੀ ਨੂੰ ਨਾਨੀ ਮਾਸ਼ਾਅੱਲਾ ਭਤੀਜੀ ਹੈ। ਇਸ ਗਰਮ ਗਰਮ ਮੌਸਮ ਵਿੱਚ ਮਾਰਕੀਟ ਨਾ ਰੌਣ ਦੇ ਬਣਨੇ ਨਾ ਜੀ। ਚੈੱਕ ਕਰੋ ਦਰਖਤਾਂ ਦੀ ਛਾਂ ਥੱਲੇ ਬੈਠੀ ਨੇ ਟੀਮ, ਇੱਕ ਆ ਟੀਮ ਡੇਲੀ ਬੈਠੀ ਹੋਈ ਹੈ। ਅਰਸ਼ਦ ਭਾਈ ਵਾਲੇਕੁਮ ਸਲਾਮ, ਰਿਆਨ ਭਾਈ, ਪੱਪੂ ਭਾਈ, ਇਹ ਦਾਣਾ ਕਬੂਤਰਾਂ ਵਾਸਤੇ ਤਿਆਰ ਹੋ ਰਿਹਾ ਜੀ। ਕਬੂਤਰਾਂ ਨੇ ਆਸ਼ਕ ਨੇ ਜੀ ਪੱਪੂ ਭਾਈ। ਉਹ ਤੇ ਚੈੱਕ ਕਰੋ ਜੀ, ਇਹ ਜਨਾਬ ਇਹਨਾਂ ਟੋਕਰੀ ਵੀ ਬੱਧੀ ਹੈ ਜਨਾਬ, ਇਹਨਾਂ ਦਾਣੇ ਪਾਣੀ ਵਾਸਤੇ। ਦੋਨੋਂ ਕਿਆ ਗੱਪੇ ਮਾਰ ਰਹੇ ਹੈ ਜੀ, ਬੜੀ ਦੇਰ ਸੇ ਮੈਂ ਆਪਕੋ ਦੇਖ ਰਹਾ ਹੂੰ, ਮੈਂ ਵੀ ਥੋੜਾ ਸਾ ਬਤਾਏ ਇਸੀ ਬੈਠੇ ਹੋਏ ਹੈ, ਗੱਪਸ਼ਪ ਲਗਾ ਰਹੇ ਹੈ। ਛਾਵੇਂ ਬੈਠੇ ਹੈ, ਛਾਵੇਂ ਛਾਵੇਂ ਬੈਠ ਕੇ ਜੀ ਇੰਜੋਏ ਕਰ ਰਹੇ ਹੈ ਦੋਨੋਂ ਭਰਾ। ਬਸ ਬਈ ਫੁੱਲ ਗਰਮੀ ਜਨਾਬ, ਗੱਡੀ ਨਾਲ ਕੰਮ ਕਰਨਾ ਪੈਂਦੇ, ਗੱਡੀ ਧੁੱਪੇ ਖੜੀ ਕਰਕੇ। ਤੇ ਹੁਣ ਜਨਾਬ ਆ ਗਿਆ ਬਾਈਕ ਦੁਕਾਨ ਤੇ ਕੰਮ ਵਾਸਤੇ, ਪੁੱਛਦੇ ਹਾਂ ਬਾਈ ਨਾਲ ਕੀ ਕਰਾਉਣਾ। ਇਹ ਬਾਈ ਨੇ ਡਿਜ਼ਾਇਨ ਬਣਵਾਏ ਨੇ ਜੀ ਤਲਵਾਰਾਂ, ਡਿਆਲਾ ਸਟਾਰ ਕੰਪਲੀਟ ਕਰਕੇ ਤੁਸਾਂ ਕੀ ਲੁੱਕ ਦਿਖਾਉਣੇ ਆ ਜੀ। ਅਹਿਮਦ ਬਾਈ ਤੇ ਜਹਾਨ ਬਾਈ ਲਗੇ ਨੇ ਜੀ। ਬਾਈਕ ਨਾਲ ਕੰਮ ਹੋ ਗਿਆ ਜੀ ਕੰਪਲੀਟ, ਬਹਿ ਕੇ ਤਲਵਾਰਾਂ ਦੇ ਅਡਿਆਲਾ ਆ ਗਿਆ, ਸੀਟ ਥੱਲੇ ਸਟਾਰ ਆ ਗਏ, ਹੈਂਡੀ ਟਿੱਕੀ ਤੇ ਆ ਗਿਆ ਕਿੰਗ। ਹੁਣ ਜਨਾਬ ਟਾਈਮ ਹੋ ਗਿਆ ਖਾਣੇ ਨਾਲ, ਮੈਂ ਜਾ ਰਿਹਾ ਖਾਣਾ ਲੈਣ ਤੇ ਨਾਲ ਰਜ਼ਾ ਸ਼ਾਹ ਜੀ ਕੀ ਵੀ ਨਜ਼ਰ ਮਾਰਨੇ ਆ, ਰਜ਼ਾ ਸ਼ਾਹ ਜੀ ਕੀ ਕਰ ਰਹੇ ਨੇ ਤੇ ਨਾਲ ਤੁਹਾਨੂੰ ਹੋਟਲ ਵੀ ਦਿਖਾਉਣੇ ਆ, ਕਿਸ ਹੋਟਲ ਤੋਂ ਅਸੀਂ ਲੈ ਕੇ ਆਉਂਦੇ ਹਾਂ, ਜਾਣੇ ਹਾਂ ਟਾਈਟੈਨਿਕ ਤੇ। ਇਹ ਜਨਾਬ ਰਸਤੇ ਛੋਟਾ ਜਿਹਾ ਚਿੜੀ ਨਾ ਬੱਚਾ ਬੈਠੇ ਹੈ, ਇਸ ਲਈ ਥੋੜ੍ਹੀ ਜਿਹੀ ਮੇਰੇ ਖਿਆਲ ਸਿਹਤ ਹੋਈ ਹੈ ਖਰਾਬ ਹੈ ਕਿ ਰੁਟਾਇਆ ਪਿਆ ਉਸਨੂੰ ਪਤਾ। ਹਾਂ ਉਹ ਉੱਤੇ ਕੋਨੇ ਵਿੱਚ ਉੱਠਾ, ਪਹਿਲਾਂ ਇਸ ਲਈ ਥੋੜ੍ਹੀ ਜਿਹੀ ਕਰਨੇ ਹਾਂ ਖਿਦਮਤ ਅਤੇ ਫਿਰ ਇਸ ਆਪਣੇ ਕੌਂਸਲੇ 'ਚ ਪਹੁੰਚਾਉਂਦੇ ਹਾਂ, ਰੋਟੀ ਆਉਂਦੇ ਹਾਂ ਬਾਅਦ। ਹੁਣ ਪਹੁੰਚ ਗਿਆ ਜੀ ਰਜ਼ਾ ਸ਼ਾਹ ਜੀ ਦੀ ਦੁਕਾਨ, ਰਜ਼ਾ ਸ਼ਾਹ ਜੀ ਦੇ ਕੋਈ ਨਹੀਂ ਦੁਕਾਨ ਵਿੱਚ ਕਿਤੇ ਗੇਮ ਕੰਮ ਤੇ ਜਨਾਬ ਰੋਟੀ ਲੈਣੀ ਹੈ। ਉਹ ਸਾਹਮਣੇ ਇਹਨਾਂ ਦੇ ਬਿਲਕੁਲ ਹੋਟਲ ਹੈ, ਇੱਥੋਂ ਲੈਂਦੇ ਹਾਂ ਰੋਟੀ ਅਤੇ ਰੋਟੀ ਲੈ ਕੇ ਜਨਾਬ ਜਾਂਦੇ ਹਾਂ ਦੁਕਾਨ ਵਿੱਚ ਅਤੇ ਨਾਲ ਦੇਖਦੇ ਹਾਂ ਕਿ ਚਿੜੀ ਦੇ ਬੱਚੇ ਦਾ ਪਾਣੀ ਛਾਣੀ ਪਿਲਾ ਕੇ ਤੇਰੇ ਉਹਨਾਂ ਫਰੈਸ਼ ਕੀਤੇ ਆ ਉੱਥੇ ਹੀ ਆ ਗਿਆ ਜੀ ਫਰੈਸ਼ ਦਹੀਂ ਨਾਲ ਸ਼ੁਰੂ ਕਰਨ ਲੱਗਿਆ ਜਨਾਬ ਖਾਣਾ ਤੇ ਚਿੜੀ ਨੇ ਬੱਚੇ ਨਾਲ ਇਹ ਬਣਿਆ ਕਿ ਨੁਮਾਨ ਬਾਈ ਨਾਲ ਪੜੋਸੀ ਨੇ ਅਸੀਂ ਨਾਲ ਕੰਮ ਕਰਨੇ ਨੂੰ ਨਾ ਸੀੜੀ ਰੱਖ ਕੇ ਆਪਣੀ ਜਗ੍ਹਾ ਤੇ ਪਹੁੰਚਾ ਦਿੱਤਾ ਤੇ ਹੁਣ ਜਨਾਬ ਖਾਣਾ ਖਾ ਕੇ ਫਿਰ ਤੁਹਾਡੇ ਨਾਲ ਮਿਲਨੇ ਆ। ਖਾਣਾ ਖਾ ਲਿਆ ਜੀ, ਹੁਣ ਅਸੀਂ ਗੱਡੀ ਕੰਮ ਮਾਲ ਲਈ ਤਕਰੀਬਨ ਇੱਕ ਘੰਟੇ ਤੱਕ ਤੇ ਉਸ ਤੋਂ ਪਹਿਲੇ ਮੈਂ ਜਾ ਕੇ ਕਟਾਵਾਂ ਵਾਲ ਕਿਉਂਕਿ ਗਰਮੀ ਹੋ ਗਈ ਹੈ ਬਹੁਤ ਜ਼ਿਆਦਾ, ਤੁਹਾਨੂੰ ਪਤਾ ਫਿਰ ਤੇਰੇ ਵਾਲਾਂ ਨਾਲ ਕੰਮ ਹੋਰ ਖਰਾਬ ਹੋਣਾ ਕਿਉਂਕਿ ਬਾਹਰ ਗਰਮੀ ਕੰਮ ਸ਼ਾਮੀ ਕਰਨਾ ਹੁੰਦਾ। ਜਨਾਬ ਪਹੁੰਚ ਗਿਆ ਹੇਅਰ ਡਰੈਸਰ ਤੇ ਜਮੀਲ ਬਾਈ ਜਿਹੜੇ ਨੇ ਉਹ ਤੇ ਛੁੱਟੀ ਤੇ ਨੇ, ਜਿਹਨਾਂ ਕੋਲੋਂ ਮੈਂ ਪਰਮਾਨੈਂਟ ਕਟਾਉਣਾ ਹੁੰਦਾ, ਉਹਨਾਂ ਨੇ ਦੂਸਰੇ ਬਾਈ ਹਨ, ਚਲੋ ਉਹਨਾਂ ਕੋਲੋਂ ਕਟਾ ਲੈਂਦੇ ਹਾਂ। ਬਾਲ ਕਟਾ ਕੇ ਪਹੁੰਚ ਗਿਆ ਜੀ ਮਾਰਕੀਟ ਵਿੱਚ, ਹੁਣ ਦਿਲ ਕਰ ਰਿਹਾ ਸੀ ਕਿ ਪੱਪੂ ਬਾਈ ਨੇ ਕਬੂਤਰਾਂ ਕੀ ਜ਼ਰੇ ਦੇਖ ਸੋਣਾ ਆਈਏ, ਜ਼ਰੇ ਰਾਊਂਡ ਲਾ ਆਈਏ। ਚੈੱਕ ਕਰੋ ਜੀ ਇੱਕ ਪਾਣੀ ਵਿੱਚ ਹੀ ਦੁਕਾਨ ਨੇ ਨਾ ਰੱਖ ਕੇ ਦਿੱਤੇ ਆ, ਨਾਲ ਨਹਾਉਣ ਧੋਣ ਕਬੂਤਰ ਇੱਥੇ ਹੀ ਕਰਨੇ ਨੇ। ਹੁਣ ਜੇ ਤੁਹਾਨ ਬੱਚੇ ਤੈ ਕਰਾਨੇ ਆ ਕਿੰਨੇ ਛੋਨੇ ਛੋਨੇ, ਇਹ ਤਾਂ ਕੋਈ ਜੀ ਖਾਲੇ ਰੰਗ ਦੇ ਬੱਚੇ ਬੈਠੇ ਜੀ, ਕੋਈ ਚਿੱਟੇ ਵੀ ਦਿਖਾਓ ਨਾ ਜੀ, ਇਹ ਥੋੜੇ ਵੱਡੇ ਹੋ ਗਏ ਜਨਾਬ, ਇਹ ਤਿੰਨ ਬੱਚੇ ਬੈਠੇ ਵਿੱਚ। ਪੱਪੂ ਬਾਈ ਠੀਕ ਰੌਣਕ ਲਾਈ ਹੈ ਜੀ,
ਦਿਲ ਫਿਰ ਪਿਲਾਇਆ ਹੋਣਾ ਨੇ ਤੇ ਸਾਹਮਣੇ ਦੇ ਨਾਲ ਬਹਿਣ ਦੀ ਜਗ੍ਹਾ ਵੀ ਫਿਰ ਸੈਟਿੰਗ ਕੀਤੀ ਨੇ। ਹੁਣ ਟਾਈਮ ਹੋ ਗਿਆ ਜੀ ਕੰਮ ਨਾਲ ਦੇ ਬਾਹਰ ਸ਼ਾਮ ਹੀ ਪੈ ਚੁੱਕੀ ਹੈ। ਮਿਹਰਾਨ ਆਈ ਹੈ, ਇਸਨੇ ਜਨਾਬ ਸਾਰੇ ਸ਼ੀਸ਼ੇ ਕਾਲੇ ਕਰਨੇ ਨੇ, ਹੈਡ ਬੈਕ ਲਾਈਟਾਂ ਵੀ ਤਿਆਰ ਕਰਨੀਆਂ ਨੇ, ਕੰਪਲੀਟ ਕਰਕੇ ਤੁਸਾਂ ਦੀ ਗੱਡੀ ਦੀ ਲੁੱਕ ਦਿਖਾਉਂਦੇ ਹਾਂ ਜੀ। ਇਹ ਜਨਾਬ ਜੋਰੋ ਪੇਪਰ ਲਾਇਆ ਲਾਈਟ ਤੇ, ਹਲਕਾ ਜਿਹਾ ਬਲੂ ਸ਼ੇਡ ਇਸ ਚ ਆ ਜਾਣਾ, ਇਸ ਤੇ ਨਹੀਂ ਲਾਇਆ। ਇਹ ਚੈੱਕ ਕਰੋ ਜੀ ਦੋਵਾਂ ਲਾਈਟਾਂ ਦਾ ਫਰਕ। ਹੁਣ ਜਨਾਬ ਫੌਜੀ ਸਾਹਿਬ ਆਏ ਨੇ ਤੇ ਆਪਣੇ ਸਟਿਕਰ ਸ਼ਿਕਰ ਸੈੱਟ ਕਰਾ ਰਹੇ ਨੇ, ਆਪਣੀ ਮਰਜ਼ੀ ਦੀ ਡਿਜ਼ਾਈਨਿੰਗ ਕਰਾ ਰਹੇ ਨੇ, ਹਰ ਕਿਸਮ ਦੇ ਸਟਿਕਰ ਗੱਡੀ ਨੇ, ਕੰਪਲੀਟ ਕਰਕੇ ਤੁਸਾਂ ਦੀ ਗੱਡੀ ਦੀ ਲੁੱਕ ਦਿਖਾਉਂਦੇ ਹਾਂ। ਇਹ ਜਨਾਬ ਗੱਡੀ ਨਾਲ ਕੰਮ ਹੋ ਗਿਆ ਕੰਪਲੀਟ, ਇਹ ਸਾਈਡ ਤੇ ਕਮਾਂਡੋ ਨਾਲ ਮੋਨੋਗ੍ਰਾਮ ਆ ਗਿਆ, ਫਰੰਟ ਤੇ ਅੱਲਾ ਲਈ ਲਿਖਾਈ ਆ ਗਈ, ਸ਼ੀਸ਼ੇ ਹੋ ਗਏ ਸਾਰੇ ਕਾਲੇ ਤੇ ਬੈਕ ਸਕਰੀਨ ਕਾਲੀ ਕਰਕੇ ਜੀ ਉੱਤੇ ਬੈਟਮੈਨ ਨਾਲ ਲੋਗੋ ਆ ਗਿਆ ਜੀ, ਤੇ ਹੈਡ ਲਾਈਟਾਂ ਤੇ ਆ ਗਿਆ ਜਨਾਬ ਯੂਰੋ ਪੇਪਰ। ਲਾਸਟ ਕੰਮ ਹੀ ਹੋ ਗਿਆ ਜੀ ਕੰਪਲੀਟ, ਮਿਹਰਾਨ ਦੀ ਬਣਾਈ ਹੈ ਨੰਬਰ ਪਲੇਟ। ਇਹ ਜਨਾਬ ਫਾਈਨਲ ਲੁੱਕ ਚੈੱਕ ਕਰੋ। ਹੁਣ ਜਨਾਬ ਦੁਕਾਨ ਕਰ ਦਿੱਤੀ ਹੈ ਬੰਦ, ਟਾਈਮ ਹੋ ਗਿਆ ਛੁੱਟੀ ਨਾ, ਤੇ ਨਾਲ ਇਰਫਾਨ ਬਾਈ ਬੈਠੇ ਕੰਮ ਕਰ ਰਹੇ, ਪੁੱਛਾ ਨੇ ਕਿ ਅਮਦਾ ਬਾਈ ਸੁਣਾਓ ਇਰਫਾਨ ਬਾਈ ਕਿਆ ਕਰ ਰਹੇ ਆਪ, ਕਾਫੀ ਟਾਈਮ ਹੋ ਗਿਆ ਰਾਤ ਕੋ ਗਾੜੀ ਕਾ ਕੰਮ ਕਰੋ ਜੀ। ਖਾਨ ਬਾਈ ਕਲਟਸ ਹੈ ਉਸਮੇ ਵਿਡਸ ਕੇ ਏਸੀ ਵਾਲੀ ਸੈਟਿੰਗ ਲਗਾ ਰਹੇ ਹੈ ਜੀ, ਇਹ ਚੈੱਕ ਕਰੇ ਤੋ। ਇਹ ਜਨਾਬ ਇਰਫਾਨ ਬਾਈ ਕਹਿੰਦੇ ਨੇ ਕਿ ਇਸ ਤਰ੍ਹਾਂ ਕੂਲਿੰਗ ਵੀ ਜ਼ਿਆਦਾ ਹੋ ਜਾ ਸੀ, ਆਵਾਜ਼ ਨਹੀਂ ਥਰੋ ਵੀ ਜ਼ਿਆਦਾ ਹੋ ਜਾ ਸੀ, ਨਸੀ ਵੀ ਠੀਕ ਅਰਸ਼ ਉਸਤਾਦ ਕੀ ਬਾਤੇ ਹਮ ਮੰਨਦੇ ਹੈ। ਇਹ ਜਨਾਬ ਇਰਫਾਨ ਬਾਈ ਕਰ ਰਹੇ ਅਲਟਰੇਸ਼ਨ, ਤੇ ਹੁਣ ਮਿਲਦੇ ਹਾਂ ਕੱਲ ਇੱਕ ਨਵੀਂ ਵੀਡੀਓ ਨਾਲ। ਜਿਹਨਾਂ ਬਰਾਵਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ। ਮੈਂ ਦਿਓ ਇਜਾਜ਼ਤ, ਅੱਲਾ ਹਾਫਿਜ਼।